श्याम विरदी अली अली तू पकाल दोस्ता दुखा दी दवा मिलवैसिया लखा रुपए खर्च किते नहीं टाइम बचा हकीमत जान छोड़वा अली तो वड्डा हकीम अल्लाह बनाई ऐसा हकीम है इलाज करें दे टुर दे लंगर ही दे मैं हलालिया दे मजमे पे पढ़दा मलंगाना मिजाज दे लोगो मैं कसम है इमाम हुसैन दी नफासत दी मैं अपनी गरीबी याद है हुसैन दी करीमी याद गरीबी दस केड़ी है यार वाह वाह सुबह शाम विरद अली अली तू पका ल दोस्ता दुखा दी दवा मिलवासिया सुबह शाम विरद अली अली तू पका ल दोस्ता दुखा दी दवा मिलवासिया सुबह शाम विरद अली राजन गरीब अली तू पका ल दोस्ता दुखा दी दवा मिलवासिया सुबह राजन गरीब अली तू पका ल दोस्ता दुखा दी दवा मिलवासिया सुबह शाम विरद अली अली तू पका ल दोस्ता दुखा दी दवा मिलवासिया ज़ैनब दे वीर दी घर विच फूड़ी चा विछा ज़ारा दी दुआ मिलवासिया ज़ैनब दे वीर दी घर विच फूड़ी चा विछा ज़ारा दी दुआ मिलवासिया ज़ैनब दे वीर दी घर विच फूड़ी चा विछा ज़ारा दी दुआ मिलवासिया ज़ैनब दे वीर घर विच पूड़ी चा विचारा दी दुआ मिल दुआ मंगो शाला परदेस च कोई मस्तूर नमर विचारा दी दुआ मिल वसिया खुदा न खास्ता मरो वंजे दुआ मंगो शाला पे के बस दियो ज़ैनब दे वीर दी घर विच पूड़ी चा विचा सारा दी दुआ मिलवासिया ਓਲੇ ਲਮਰ ਦੀ ਧੀ ਆਈ ਵਾਤਾ ਜੀ ਨਗਰੀ ਵਿੱਚ ਜ਼ੈਨਬ ਦੀ ਕਬਰ ਦੀ ਜਾ ਨਹੀਂ ਓਏ ਵੀ ਜਾਣਦੀਆਂ ਵਿੱਚ ਕਰਬਲ ਦੇ ਮੈਨੂੰ ਰੱਖਣਾ ਕੋਲ ਯਾਰ ਪੁਰਾਣੇ ਆਜ਼ਾਦਾਰ ਬੈਠੋ ਕਰਬਲ ਦੇ ਮੈਨੂੰ ਰੱਖਣਾ ਤੁਹਾਡੇ ਪਰਦੇ ਸਲਾਮਤ ਹੋਵੇ ਹੌਸਲਾ ਵੇਖੋ ਸਹੀ ਆਜ਼ਾਦੀ ਦਾ ਪਤਾ ਕਿ ਉਹ ਵੀ ਜਾਣਦੀਆਂ ਵਿੱਚ ਕਰਬਲ ਦੇ ਮੈਨੂੰ ਰੱਖਣਾ ਕੋਲ ਆਪ ਸੁਣ ਸੋ ਬੀਬੀ ਯਾਦੀ ਪਰ ਮੈਂ ਮੌਤਾਜ ਕਿਸੇ ਦੀ ਨਾ ਅਜਾ ਭੁਲਿਆ ਸ਼ਾਮ ਦਰਾ ਨਹੀਂ ਨਜ਼ਾ
ਸਾਰਿਆਂ ਵਲਣਾ ਏ ਵਤਨ ਉੱਤੇ ਇੱਕ ਵਲਣਾ ਆਉਣ ਦੀ ਮੈਂ ਪੜ੍ਹਦਾ 10 ਜਾਂ 12 ਮਿੰਟ ਬਹੁਤ ਜ਼ਿਆਦਾ ਜ਼ਾਕਰ ਨੇ ਕਹੀਂ ਦਾ ਹੱਕ ਨਾ ਖਾਵਾਂ ਜਿਹੜੇ ਮੁਬੱਲਗ ਵਾਸਤੇ ਜ਼ੇਵਰ ਮਖਸੂਸ ਆਏ ਬੀਬੀਆਂ ਦੀ ਪਰ ਮੈਂ ਮੌਤਾਜ ਕਿਸੇ ਦੀ ਨਾ ਅਜਾ ਬੁਲਿਆ ਸ਼ਾਮ ਦਰਹਾ ਨਹੀਂ ਬੀਬੀਆਂ ਦੀ ਨਾ ਸਾਰਿਆਂ ਵਲਣਾ ਹੀ ਵਤਨਾ ਤੇ ਹੀ ਕੁਵਲਣਾ ਆਉਣ ਜਿਹੜੇ ਜ਼ੇਵਰ ਮਖਸੂਸ ਆਏ ਮੁਬੱਲਗ ਵਾਸਤੇ ਜਾਣਦੇ ਹੋ ਬਾਕਰ ਦੇ ਪਿਓ ਨੂੰ ਪਵਾਏ ਨੇ ਫੁੱਫੀ ਨਾਲ ਟੁਰ ਪਏ ਜਦੋਂ ਮਾਵਾਂ ਪੁੱਤਰਾਂ ਨੂੰ ਟੁਰਦਿਆਂ ਡਿੱਠਾ ਏ ਵਫਾ ਦੀ ਮਲਕਾ ਛੋਟੀ ਜਿਹੀ ਗੰਢੜੀ ਸਰ ਤੇ ਰੱਖੀ ਪਿੱਛੇ ਪਿੱਛੇ ਟੁਰ ਗਿਆ ਦੀਏ ਜਲਦੀ ਨਾ ਕਰੋ ਮੈਨੂੰ ਰਲਾਈ ਵੰਜੋ ਆਖਰੀ ਉਮਰ ਚ ਮੈਨੂੰ ਛੋੜੋ ਨਹੀਂ ਸਫਰ ਬਹੁਏ ਲੰਮੇ ਪੰਦ ਫਿਜ਼ਾ ਦੀਏ ਮੈਡੇ ਡਿੱਠੇ ਹੋਏ ਬੈਠੇ ਕੋਈ ਸ਼ਾਮ ਦੇ ਦਵਾਰ ਜਿਹੜੇ ਨਹੀਂ ਗਏ ਤੁਹਾਨੂੰ ਅਕਬਰ ਦੀ ਮਾਂ ਛੱਡੇ ਟੋਰਾਇਨ ਕਰਬਲਾ ਉਹ ਚੁਲੰਗੇ ਇੰਤਜ਼ਾਰ ਨਾ ਕਰਾਵਾਂ ਸ਼ਾਮ ਤੂੰ ਬਾਹਰ ਇੱਕ ਬਾਗ ਆਇਆ ਸੈਯਦਾਦੀਆ ਦੀ ਅੰਮਾ ਫਿਜ਼ਾ ਪਤਾ ਕਰ ਜਦੋਂ ਪਹਿਲੇ ਆਇਆ ਸੀ ਨਾ ਮੇਰੇ ਬਿਰਾ ਦੀ ਸਰ ਵਾਲੀ ਸ਼ਾਨ ਉਹ ਦਰਖਤ ਦੇ ਨਾਲ ਖੜੀ ਕੀਤੀਆਂ ਨੇ ਅੰਮਾ ਪਤਾ ਕਰ ਦਰਖਤ ਫਿਜ਼ਾ ਕੇ ਡਿੱਠਾ ਏ ਹਰ ਟਹਿਣੀ ਚੂੰ ਖੂਨ ਦੇ ਕਤਰੇ ਪੈ ਡਾਂਦੇ ਪਰਿੰਦੇ ਪਰ ਮਸ ਕਰੇ ਦੇਣ ਹੁਸੈਨ ਦਾ ਨਾਂ ਚੈਨ ਤੜਪ ਕੇ ਮਰਵੈਂਦੇ ਫਿਜ਼ਾ ਦੀ ਸੈਨ ਮੌਜਾ ਜਾਰੀ ਏ ਪਰਿੰਦੇ ਪਏ ਮਰਦੇ ਨੀ ਉਹ ਲਾਹੌਰ ਵਾਲਿਓ ਕਰਬਲਾ ਦਮੂ ਕਰਕੇ ਆਦੀ ਹੈਵਾਨ ਪਏ ਮਰਦੇ ਨੀ ਬੇਣ ਜੀਂਦੀ ਵਧੀ ਕਿਹੜਾ ਬੰਦਾ ਬਰਦਾਸ਼ਤ ਕਰੇ ਸੀ ਮੈਂ ਜੇ ਆਖਾਂ ਲੱਥੀ ਇੰਜੇ ਜਿਵੇਂ ਅੱਬਾਸ ਲੱਥਾ ਏ ਸੱਜਾ ਬਾਜ਼ੂ ਜਨਾਬੇ ਜ਼ੈਨਬ ਨੱਪ ਜਨਾਬੇ ਕੁਲਸੂਮ ਨੱਪ ਖੱਬਾ ਬਾਜ਼ੂ ਜਨਾਬੇ ਫਿਜ਼ਾ ਨੱਪ ਉੱਥੇ ਆਏ ਜਿੱਥੇ ਦਰਖਤ ਆਈ ਜਿਹੜੇ ਸੈਯਦ ਉਹ ਮੈਨੂੰ ਮਾਫ਼ੀ ਦਿਵਾਏ ਮੈਂ ਪਰਦੇ ਨਾਲ ਗੁਜ਼ਰ ਵੈਸਾ ਸਮਝਦਾਰ ਬੰਦੇ ਬੈਠੇ ਜਿਤਨੀਆਂ ਮੇਰੀਆਂ ਮੁਰਸ਼ਦਾਦੀਆਂ ਬੈਠੀਆਂ ਮੈਂ ਮਿੰਨਤ ਕਰੇ ਨਾ ਇਹ ਰਜਬ ਦਾ ਮਹੀਨਾ ਤੁਹਾਡੀ ਮਿੰਨਤ ਕਰੇ ਨਾ ਵਸਦਿਆਂ ਘਰਾਂ ਦੀਆਂ ਧੀਆਂ ਜਦੋਂ ਹੀ ਮਜਲਸ ਵਿੱਚ ਆਈਆਂ ਕਰੋ ਸੋਨੇ ਦੇ ਜ਼ੇਵਰ ਨਾ ਪਵੋ ਜੈਨੂੰ ਰੋਵਣ ਆਈਆਂ ਆਉਂਦੇ ਲੋਹੇ ਦੇ ਜ਼ੇਵਰ ਵੀ ਕਲਮਾ ਪੜਾ ਨਾ ਲਿਆ ਨਾ ਲਾਇਆ ਆਪੇ ਗਾਸ ਗਾਸ ਕੇ ਲੈ ਦਰਖਤ ਦੇ ਕਰੀਬ ਆਈ ਹੁਣ ਮਾਫੀ ਦਿਵਾਏ ਸਮਝਦਾਰ ਬੰਦੇ ਬੈਠੇ ਦਰਖਤ ਨੂੰ ਗੱਲ ਦੇ ਨਾਲ ਲਾ ਕੇ ਪਹਿਲਾ ਵੈਣ ਕੀਤੇ ਬੀਬੀ ਆਦੀ ਹੁਸੈਨ ਵੇਣ ਵਾਤ ਸ਼ਾਮ ਆਈ ਆਈ ਇੱਕ ਬੇਗੈਰਤ ਖਲੋਤਾ ਹੀ ਉਸ ਇਹੋ ਜਿਹੀ ਮੁਕਾਨ ਦਿੱਤੀ ਏ ਬੀਬੀ ਦੇ ਹੱਥ ਛੁੱਟ ਗਏ ਜ਼ਮੀਨ ਤੇ ਝੜੀਏ ਪਾਸੇ ਤੇ ਹੱਥੇ ਜੰਨਤ ਬਕੀਏ ਦੇ ਪਾਸੇ ਮੂੰਹ ਗਰ ਗਿਆ ਦੀ ਅੰਮਾ ਤੇਰੀ ਸੁਨਤ ਅਦਾ ਕੀਤੀ ਸੱਜਾ ਦਾ ਫਰਮਾਨ ਦਿੰਦਾ ਦੀ ਜਲਦੀ ਕਰੋ ਮੇਰੀ ਮਾਂ ਨੂੰ ਗੁਸਲ ਦਿਓ ਉਹ ਲਾਹੌਰ ਵਾਲਿਓ ਖਜੀਏ ਦੇ ਝੁੰਡ ਚ ਬੀਬੀ ਜ਼ੈਨਬ ਨੂੰ ਗੁਸਲ ਪਿਆ ਮਿਲਦਾ ਕਿਹੜਾ ਬੰਦਾ ਬਰਦਾਸ਼ਤ ਕਰੇ ਸੀ ਗੁਸਲ ਦੇਂਦਿਆਂ ਦੇਂਦਿਆਂ ਦੇਰ ਹੋ ਗਈ ਸਜਾਦਾ ਦੇ ਅੰਮਾ ਸਫ਼ਰ ਦਾ ਮਾਮਲਾ ਹੈ
देर न करो फिजा दिए दाई मर वंजी बहु औखी बन गई इमाम आदिन केड़ी मुश्किल बनी आई हूं जिन्हें मातम करना है बीबी आदि औखी ये गल बन गई है जेड़े वेले मैं पानी पैनी है मैयत कम वे दवादा है मेरे मैयत पानी न पा मैं तसे बिरादी भेणा मैं तसा मरी दिठा गुसलो कफन मिला है थोड़ी जिंदगी गुजर गई मैं साहब सुन दे कोई शिया ना बोले कोई मेरा सुनी भाई है तो जागे मैं जवाब देवे इस लाहौर च जहां मकान नहीं अपना ना हो जनू खावन का ना मिल लाहौर च मर वंज बोलो को सुनी बैठा है जनाजा कितने आदमी चाहते जवानों बोलो जमाने दी अमीर दी थी ते जनाद फिजा ज़ईफ सजाद बीमार इमाम दे पैर नपके आदि तू सिरा दियो चा मैं नाल चवैनी जनादा चा के टुरन आवाज आए सजाद पावा बदल सैयदा दे कौन आवाज आए औखा पियो ने नजफ दवाली अली सैयदा दे अली आया खड़े दो कदम टुरन जिना मातम करना है आवाज आई है सजाद थक पिया है पावा बदल मैं चैना सजाद आदन कौन आवाज आए नबिया दा सुल्तान मोहम्मद दीद मैयत रखा अली चुप करके बैग मेरा इमाम मां दी सिरा दी खड़ो के रोंदा पिया शाम दियां दीवारां हलियां जिना मातम करना जिना मेरे इमाम ने जिठा है दो बच्चे अमामे लथे होए खून दे नाल कुड़ते लाल लुक लुक के रोंदे वदे इमाम फरमाते गरीब कोई नहीं जमाने दी अमीर दी धी दे जनाज़ा कौन रोंदे क्यों हो निके निके हाथ बन के आ दे असा रहियत है अली अकबर उजड़े मुल आसरा बंदा बर्दाश्त करे सी मां दा मैयत लहाया गरीबी दी हद सजादा दे मां तू मेरी मां दे मोडे नप मैं तलकीन पढ़ा सजा तलकीन पढ़दे पढ़दे आदिन अली ओ इमामी रजब दा महीना है फरमाए ने हसन ओ इमामी जिना मातम करना सजा जे मुंह चो निकले हुसैन ओ इमामी बंद कफन दे त्रुट गए बीबी आदि कोई और शाम ही भेण हाजर जदा बिरावा ते औखियां बन दिया बिरा बिरावा नु सड़े देन मादा यत वे क्या दिन सच्चा जते औखी बन गई है बीमार ते औखी बन गई है बीमार ते औखी बन गई है मेरा अकबर वीरन आवे बीमार ते औखी बन गई है बीमार ते औखी बन गई है मेरा अकबर वीरन आवे तेरे पालन वाली मर गई है तेरे पालन वाली मर गई है उंदा मैयत आन जवावे मंजूरी दा टाइम है सोना पे सुन दियो साहब इतने दुआ कर फकीर दादा सजाद बादशाह दी इस सब मातम चाहिए मावा दी मां दी सिरां दी खड़ोता है इंज रुना है
ਜਿਵੇਂ ਕੰਮ ਸਿਰ ਬੱਚੇ ਰੋਂਦੇ ਬੀਬੀ ਜ਼ੈਨਬ ਦੀ ਸਿਰਾਂ ਦੀ ਖੜੋ ਕੇ ਸਜਾਦ ਪਾਇਆ ਦੇਣ ਅੱਜ ਤੇਰੀ ਮਿਹਨਤ ਕਰੇਂਦਾ ਅੱਜ ਪੈਕੇ ਵਸਦੇ ਇਹੋ ਮੈਲਾ ਕਫਨ ਜਿਨ੍ਹਾਂ ਉੱਠੀ ਕੇ ਮਾਤਮ ਕਰਨਾ ਹੈ ਇਸ ਵਹਿਣ ਤੇ ਮਜਲ ਸਮੁਖ ਵਹਿੰਦੀਆਂ ਅਲੀ ਰੁਨੈਨ ਫਰਮੈਨ ਸਜਾਦ ਇਜਾਜ਼ਤ ਦੇ ਮੈਂ ਤੇਰੀ ਫੁੱਫੀ ਨਾਲ ਗੱਲ ਕਰਨੀ ਦਾਦਾ ਬਿਸਮਿਲ੍ਲਾ ਬੋਲੋ ਧੀ ਦੇ ਕੋਲ ਬਹਿ ਕੇ ਠੱਡਾ ਸਾਹਿਬ ਰੇ ਅਲੀ ਤੇ ਰੋ ਰੋ ਕੇ ਧੀ ਨੂੰ ਪਿਆ ਦੇ ਮਾਤਮ ਕਰੋ ਟੁਰਿਆ ਦੁਨੀਆ ਤੂੰ ਤਾਂ ਕਿਵੇਂ ਬੋਲੀ ਨਾਲ ਸ਼ਰਾਬੀ ਇੱਕ ਹੋਰ ਸਲਵਾਤ ਪੜ੍ਹ ਲਓ ਜੀ।